ਮੌਤ ਕਦੋਂ ਤੇ ਕਿਵੇਂ ਆ ਜਾਵੇ ਕੁਝ ਵੀ ਨਹੀਂ ਕਿਹਾ ਜਾ ਸਕਦਾ। ਪਲ ਝਪਕਦੇ ਹੀ ਇਨਸਾਨ ਮਿੱਟੀ ਦੀ ਢੇਰੀ ਬਣ ਜਾਂਦਾ। ਹੁਣ ਇੱਕ ਅਜਿਹੀ ਵੀਡੀਓ ਸਾਹਮਣੇ ਆਈ ਜਿਸ ਦੇ ਵਿੱਚ ਇੱਕ ਸ਼ਖਸ ਦੀ ਦੇਖਦੇ ਹੀ ਦੇਖਦੇ ਜਾਨ ਨਿਕਲ ਗਈ। ਦਰਅਸਲ ਇੱਕ ਪਰਿਵਾਰ ਹੋਟਲ ਦੇ ਵਿੱਚ ਖਾਣਾ ਖਾਣ ਗਿਆ। ਪਿਓ ਪੁੱਤ ਨੇੜੇ ਨੇੜੇ ਕੁਰਸੀਆਂ 'ਤੇ ਬੈਠ ਗਏ, ਪਹਿਲਾਂ ਮੋਬਾਈਲ 'ਤੇ ਕੁਝ ਦੇਖਦੇ ਰਹਿੰਦੇ ਨੇ। ਇੰਨੇ ਨੂੰ ਪੁੱਤ ਉੱਠ ਕੇ ਪਿਤਾ ਦੀ ਦੂਜੀ ਸਾਈਡ 'ਤੇ ਜਾ ਕੇ ਬੈਠ ਜਾਂਦਾ। ਵੇਟਰ ਖਾਣੇ ਦੀ ਥਾਲੀ ਰੱਖ ਕੇ ਚਲਾ ਗਿਆ। ਫਿਰ ਗੱਲਾਂ ਕਰਦੇ ਕਰਦੇ ਅਚਾਨਕ ਸ਼ਖਸ ਦਾ ਸਿਰ ਝੁੱਕ ਜਾਂਦਾ ਅਤੇ ਸਾਹਮਣੇ ਪਈ ਥਾਲੀ ਦੇ ਵਿੱਚ ਪੈ ਜਾਂਦਾ। ਕੋਲ ਬੈਠੇ ਪਰਿਵਾਰ ਵਾਲੇ ਸੰਭਾਲਣ ਦੀ ਕੋਸ਼ਿਸ਼ ਕਰਦੇ ਨੇ। ਅਜਿਹੇ ਹਾਲਾਤਾਂ ਦੇ ਵਿੱਚ ਪਰਿਵਾਰ ਕੁਝ ਸਮਝ ਪਾਉਂਦਾ, ਇੰਨੇ ਨੂੰ ਸ਼ਖਸ ਦੀ ਜਾਨ ਨਿਕਲ ਚੁੱਕੀ ਸੀ। ਇਹ ਤਸਵੀਰਾਂ ਹੋਟਲ ਦੇ ਵਿੱਚ ਲੱਗੇ CCTV ਕੈਮਰੇ ਦੇ ਵਿੱਚ ਕੈਦ ਹੋ ਗਈਆਂ। ਵੀਡੀਓ ਮੱਧ ਪ੍ਰਦੇਸ਼ ਦੀ ਦੱਸੀ ਜਾ ਰਹੀ ਹੈ। ਤਸਵੀਰਾਂ ਦੇ ਵਿੱਚ ਸਾਫ਼ ਨਜ਼ਰ ਆ ਰਿਹਾ ਕਿ ਕਿਵੇਂ ਗੱਲਾਂ ਕਰਦੇ ਕਰਦੇ ਸ਼ਖਸ ਦੀ ਮੌਤ ਹੋ ਗਈ। ਦੱਸਿਆ ਜਾ ਰਿਹਾ ਕਿ ਦਿਲ ਦਾ ਦੌਰਾ ਪੈਣ ਕਰਕੇ ਇਸ ਸ਼ਖਸ ਦੀ ਹੋਟਲ ਦੇ ਵਿੱਚ ਆਪਣੇ ਪਰਿਵਾਰ ਦੇ ਸਾਹਮਣੇ ਹੀ ਜਾਨ ਨਿਕਲ ਗਈ। ਮੌਤ ਕਦੋਂ ਤੇ ਕਿਵੇਂ ਆ ਜਾਵੇ ਕੁਝ ਵੀ ਨਹੀਂ ਕਿਹਾ ਜਾ ਸਕਦਾ। ਪਲ ਝਪਕਦੇ ਹੀ ਇਨਸਾਨ ਮਿੱਟੀ ਦੀ ਢੇਰੀ ਬਣ ਜਾਂਦਾ। ਹੁਣ ਇੱਕ ਅਜਿਹੀ ਵੀਡੀਓ ਸਾਹਮਣੇ ਆਈ ਜਿਸ ਦੇ ਵਿੱਚ ਇੱਕ ਸ਼ਖਸ ਦੀ ਦੇਖਦੇ ਹੀ ਦੇਖਦੇ ਜਾਨ ਨਿਕਲ ਗਈ। ਦਰਅਸਲ ਇੱਕ ਪਰਿਵਾਰ ਹੋਟਲ ਦੇ ਵਿੱਚ ਖਾਣਾ ਖਾਣ ਗਿਆ। ਪਿਓ ਪੁੱਤ ਨੇੜੇ ਨੇੜੇ ਕੁਰਸੀਆਂ 'ਤੇ ਬੈਠ ਗਏ, ਪਹਿਲਾਂ ਮੋਬਾਈਲ 'ਤੇ ਕੁਝ ਦੇਖਦੇ ਰਹਿੰਦੇ ਨੇ। ਇੰਨੇ ਨੂੰ ਪੁੱਤ ਉੱਠ ਕੇ ਪਿਤਾ ਦੀ ਦੂਜੀ ਸਾਈਡ 'ਤੇ ਜਾ ਕੇ ਬੈਠ ਜਾਂਦਾ। ਵੇਟਰ ਖਾਣੇ ਦੀ ਥਾਲੀ ਰੱਖ ਕੇ ਚਲਾ ਗਿਆ। ਫਿਰ ਗੱਲਾਂ ਕਰਦੇ ਕਰਦੇ ਅਚਾਨਕ ਸ਼ਖਸ ਦਾ ਸਿਰ ਝੁੱਕ ਜਾਂਦਾ ਅਤੇ ਸਾਹਮਣੇ ਪਈ ਥਾਲੀ ਦੇ ਵਿੱਚ ਪੈ ਜਾਂਦਾ। ਕੋਲ ਬੈਠੇ ਪਰਿਵਾਰ ਵਾਲੇ ਸੰਭਾਲਣ ਦੀ ਕੋਸ਼ਿਸ਼ ਕਰਦੇ ਨੇ। ਅਜਿਹੇ ਹਾਲਾਤਾਂ ਦੇ ਵਿੱਚ ਪਰਿਵਾਰ ਕੁਝ ਸਮਝ ਪਾਉਂਦਾ, ਇੰਨੇ ਨੂੰ ਸ਼ਖਸ ਦੀ ਜਾਨ ਨਿਕਲ ਚੁੱਕੀ ਸੀ। ਇਹ ਤਸਵੀਰਾਂ ਹੋਟਲ ਦੇ ਵਿੱਚ ਲੱਗੇ CCTV ਕੈਮਰੇ ਦੇ ਵਿੱਚ ਕੈਦ ਹੋ ਗਈਆਂ। ਵੀਡੀਓ ਮੱਧ ਪ੍ਰਦੇਸ਼ ਦੀ ਦੱਸੀ ਜਾ ਰਹੀ ਹੈ। ਤਸਵੀਰਾਂ ਦੇ ਵਿੱਚ ਸਾਫ਼ ਨਜ਼ਰ ਆ ਰਿਹਾ ਕਿ ਕਿਵੇਂ ਗੱਲਾਂ ਕਰਦੇ ਕਰਦੇ ਸ਼ਖਸ ਦੀ ਮੌਤ ਹੋ ਗਈ। ਦੱਸਿਆ ਜਾ ਰਿਹਾ ਕਿ ਦਿਲ ਦਾ ਦੌਰਾ ਪੈਣ ਕਰਕੇ ਇਸ ਸ਼ਖਸ ਦੀ ਹੋਟਲ ਦੇ ਵਿੱਚ ਆਪਣੇ ਪਰਿਵਾਰ ਦੇ ਸਾਹਮਣੇ ਹੀ ਜਾਨ ਨਿਕਲ ਗਈ। ਮੌਤ ਕਦੋਂ ਤੇ ਕਿਵੇਂ ਆ ਜਾਵੇ ਕੁਝ ਵੀ ਨਹੀਂ ਕਿਹਾ ਜਾ ਸਕਦਾ। ਪਲ ਝਪਕਦੇ ਹੀ ਇਨਸਾਨ ਮਿੱਟੀ ਦੀ ਢੇਰੀ ਬਣ ਜਾਂਦਾ। ਹੁਣ ਇੱਕ ਅਜਿਹੀ ਵੀਡੀਓ ਸਾਹਮਣੇ ਆਈ ਜਿਸ ਦੇ ਵਿੱਚ ਇੱਕ ਸ਼ਖਸ ਦੀ ਦੇਖਦੇ ਹੀ ਦੇਖਦੇ ਜਾਨ ਨਿਕਲ ਗਈ। ਦਰਅਸਲ ਇੱਕ ਪਰਿਵਾਰ ਹੋਟਲ ਦੇ ਵਿੱਚ ਖਾਣਾ ਖਾਣ ਗਿਆ। ਪਿਓ ਪੁੱਤ ਨੇੜੇ ਨੇੜੇ ਕੁਰਸੀਆਂ 'ਤੇ ਬੈਠ ਗਏ, ਪਹਿਲਾਂ ਮੋਬਾਈਲ 'ਤੇ ਕੁਝ ਦੇਖਦੇ ਰਹਿੰਦੇ ਨੇ। ਇੰਨੇ ਨੂੰ ਪੁੱਤ ਉੱਠ ਕੇ ਪਿਤਾ ਦੀ ਦੂਜੀ ਸਾਈਡ 'ਤੇ ਜਾ ਕੇ ਬੈਠ ਜਾਂਦਾ। ਵੇਟਰ ਖਾਣੇ ਦੀ ਥਾਲੀ ਰੱਖ ਕੇ ਚਲਾ ਗਿਆ। ਫਿਰ ਗੱਲਾਂ ਕਰਦੇ ਕਰਦੇ ਅਚਾਨਕ ਸ਼ਖਸ ਦਾ ਸਿਰ ਝੁੱਕ ਜਾਂਦਾ ਅਤੇ ਸਾਹਮਣੇ ਪਈ ਥਾਲੀ ਦੇ ਵਿੱਚ ਪੈ ਜਾਂਦਾ। ਕੋਲ ਬੈਠੇ ਪਰਿਵਾਰ ਵਾਲੇ ਸੰਭਾਲਣ ਦੀ ਕੋਸ਼ਿਸ਼ ਕਰਦੇ ਨੇ। ਅਜਿਹੇ ਹਾਲਾਤਾਂ ਦੇ ਵਿੱਚ ਪਰਿਵਾਰ ਕੁਝ ਸਮਝ ਪਾਉਂਦਾ, ਇੰਨੇ ਨੂੰ ਸ਼ਖਸ ਦੀ ਜਾਨ ਨਿਕਲ ਚੁੱਕੀ ਸੀ। ਇਹ ਤਸਵੀਰਾਂ ਹੋਟਲ ਦੇ ਵਿੱਚ ਲੱਗੇ CCTV ਕੈਮਰੇ ਦੇ ਵਿੱਚ ਕੈਦ ਹੋ ਗਈਆਂ। ਵੀਡੀਓ ਮੱਧ ਪ੍ਰਦੇਸ਼ ਦੀ ਦੱਸੀ ਜਾ ਰਹੀ ਹੈ। ਤਸਵੀਰਾਂ ਦੇ ਵਿੱਚ ਸਾਫ਼ ਨਜ਼ਰ ਆ ਰਿਹਾ ਕਿ ਕਿਵੇਂ ਗੱਲਾਂ ਕਰਦੇ ਕਰਦੇ ਸ਼ਖਸ ਦੀ ਮੌਤ ਹੋ ਗਈ। ਦੱਸਿਆ ਜਾ ਰਿਹਾ ਕਿ ਦਿਲ ਦਾ ਦੌਰਾ ਪੈਣ ਕਰਕੇ ਇਸ ਸ਼ਖਸ ਦੀ ਹੋਟਲ ਦੇ ਵਿੱਚ ਆਪਣੇ ਪਰਿਵਾਰ ਦੇ ਸਾਹਮਣੇ ਹੀ ਜਾਨ ਨਿਕਲ ਗਈ।